ਤਸਵੀਰਾਂ ਤਰਨ ਤਾਰਨ ਦੇ ਅਧੀਨ ਥਾਣਾ ਸਰਹਾਲੀ ਦੇ ਪਿੰਡ ਸ਼ੇਰੂ ਦੀਆਂ ਨੇ, ਜਿੱਥੇ ਕਿ ਪ੍ਰੇਮ ਸੰਬੰਧ ਨੌਜਵਾਨ ਨੂੰ ਇੰਨੇ ਮਹਿੰਗੇ ਪੈ ਗਏ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਅਗਵਾ ਕਰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਦੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸੀ, ਜੋ ਕਿ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ, ਜਿਸ ਕਰਕੇ ਇਹਨਾਂ ਦੋਹਾਂ ਪਰਿਵਾਰਾਂ 'ਚ ਆਪਸੀ ਰੰਜਸ ਵੀ ਚੱਲਦੀ ਆ ਰਹੀ ਸੀ। ਉਸੇ ਰੰਜਸ ਦੇ ਚੱਲਦਿਆਂ ਉਸਨੂੰ ਅਗਵਾ ਕਰ ਮੌਤ ਦੇ ਘਾਟ ਉਤਾਰਿਆ ਗਿਆ। ਮ੍ਰਿਤਕ ਦਾ ਪਰਿਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਜਲਦ ਮੰਗ ਕਰ ਰਿਹਾ। ਸਰ, ਗੱਲਬਾਤ ਸਾਡਾ ਮੁੰਡਾ ਸੀ, ਪੁਰਾਣੀ ਰੰਜਸ ਸੀ ਇਹਦੀ। ਸਾਡਾ ਮੁੰਡਾ ਸਰ ਇੱਧਰ ਨਸ਼ਹਿਰੇ ਕੰਮ ਆਇਆ ਸੀ ਆਪਣੇ ਲਈ, ਅਤੇ ਇਹਨਾਂ ਦੀ ਡਾਕਟਰ ਦਾ ਪੀਏ ਸੰਨੀ ਡਾਕਟਰ ਦਾ ਪੀਏ ਵਾ, ਉਹਦੀ ਭੈਣ ਨਾਲ ਦਾ ਕੋਈ ਰਿਲੇਸ਼ਨ ਨਹੀਂ। ਬੱਚਾ ਹੈਗਾ 16 ਸਾਲਾਂ ਦਾ, ਉਹ ਵਿਆਹੀ ਵਰੀ ਆ, ਠੀਕ ਆ। ਉਹ ਵੀ ਸਾਡੇ ਮੁਹੱਲੇ ਹੀ ਵਿਆਹੀ ਆ, ਕੁੜੀ ਵੀ, ਠੀਕ ਆ ਜੀ। ਉਹ ਜਦੋਂ ਇਹ ਮੁੰਡਾ ਕਹਿੰਦਾ 2-3 ਰੀਤ ਮਗਰ ਭੱਜੇ ਆ ਦਾਤਰ ਕਰਪਾਨਾ ਲੈ ਕੇ, ਅਤੇ ਜਦੋਂ ਉਹ ਬਚ ਕੇ ਆ ਗਿਆ ਆ, ਅੱਜ ਨਸ਼ਹਿਰੇ ਕੰਮ ਗਿਆ, ਇਹਨਾਂ ਨੇ ਇੱਥੋਂ ਅਗਵਾਹ ਕਰ ਲਿਆ ਮੈਨੂੰ। ਤਾਂ ਅਗਵਾਹ ਕਰਕੇ ਸਾਨੂੰ 2 ਘੰਟੇ ਬਾਅਦ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ, ਘਰ ਆ ਗਏ ਕਿ ਤੁਹਾਡੇ ਮੁੰਡੇ ਦੀ ਡੈਥ ਹੋ ਗਈ ਆ। ਸਾਨੂੰ ਕਾਰਨ ਨਹੀਂ ਦੱਸਿਆ ਪੁਲਿਸ ਨੇ ਕਿਹੜੀ ਗੱਲ ਹੋਈ ਆ। ਮਾਰਿਆ ਕਿਹਨੇ? ਕੁੜੀ ਵਾਲਿਆਂ ਨੇ। ਕੁੜੀ ਵਾਲਿਆਂ ਨੇ ਮਾਰਤਾ ਵਾ, ਇੱਕ ਸੰਨੀ ਨੇ ਮਾਰਿਆ, ਨਾਲ ਉਹ 2 ਪਰਿਵਾਰ ਸਾਰੇ ਨਾਮ ਲਿਖਵਾਏ ਡਿਊਟੀ ਸਾਹਿਬ ਨੇ, ਜਿਨ੍ਹਾਂ ਨੇ ਮਾਰਿਆ। ਕਿਹਦਾ ਮੁੰਡਾ ਤੁਹਾਡੇ? ਗੁਰਵਿੰਦਰਜੀਤ ਸਿੰਘ ਗਿੱਤਾ, ਉਹਦਾ ਨਾਂ ਛੋਟਾ। ਕਦ 'ਤੇ ਆਏ? ਉਹ ਸਵਿਫਟ ਗੱਡੀ 'ਤੇ ਆਇਆ ਸੀ ਆਪਣੀ, ਤਾਂ ਉਹਨੂੰ ਗੱਡੀ ਦੀ ਪਛਾਣ ਸੀ ਵੀ ਗੱਡੀ ਆਹ ਵਾ, ਰੈੱਡ ਕਲਰ ਦੀ ਗੱਡੀ ਆ। ਅਤੇ 2 ਜਣੇ ਇਹਦੀ ਵਾਈਫ ਉਹਦੀ ਅਤੇ ਇੱਕ ਉਹਦੀ ਮਾਂ ਘਰ ਵਾ ਅੰਦਰ, ਉਹਦੀ ਸਰ ਸਾਨੂੰ ਰੈਸਟ ਹੋਣੀ ਪਾਉਣੀ ਚਾਹੀਦੀ, ਉਹਦੀ ਰੈਸਟ, ਉਹ ਅੰਦਰ ਬੈਠੇ ਹੋਏ ਆ। ਉਧਰ ਮੌਕੇ 'ਤੇ ਪਹੁੰਚੇ DSP ਪੱਟੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਲਾਸ਼ ਸੰਦੀਪ ਕੌਰ ਦੇ ਘਰੋਂ ਮਿਲੀ ਹੈ, ਜਿਸ ਦੀ ਮੌਤ ਦੀ ਵਜ੍ਹਾ ਕਰੰਟ ਲੱਗਣ ਕਾਰਨ ਦੱਸਿਆ ਜਾ ਰਿਹਾ, ਅਤੇ ਉਸਦੇ ਗਲੇ 'ਤੇ ਵੀ ਕੁਝ ਨਿਸ਼ਾਨ ਪਾਏ ਗਏ, ਜਿਸਦੇ ਚੱਲਦਿਆਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ 2 ਔਰਤਾਂ ਨੂੰ ਇਸ ਮਾਮਲੇ ਵਿੱਚ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਇਸ ਤਰ੍ਹਾਂ ਵੀ ਅੱਜ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸੇਰੋਂ 'ਚ ਲੜਕਾ ਗੁਰਿੰਦਰਜੀਤ ਸਿੰਘ ਵਾਸੀ ਤਰਨ ਤਾਰਨ, ਉਹਦੀ ਡੈੱਡ ਬਾਡੀ ਜਿਹੜੀ ਹੈ ਇੱਥੇ ਸੇਰੋਂ ਪਿੰਡ 'ਚ ਸੰਦੀਪ ਕੌਰ ਉਹਦੇ ਉਹਨਾਂ ਦੇ ਘਰ ਪਈ ਹੈ। ਜਦੋਂ ਅਸੀਂ ਮੌਕੇ 'ਤੇ ਦੇਖਿਆ ਤਾਂ ਉਹ ਆ ਕੇ ਉਹਦੇ ਕਰੰਟ ਲੱਗਾ ਹੋਇਆ ਸੀ ਔਰ ਉਹਦੇ ਗਲ 'ਚ ਸਟਰੈਂਗੂਲੇਸ਼ਨ ਦੇ ਨਿਸ਼ਾਨ ਵੀ ਹੈ। ਇਹਦੇ ਘਰਦਿਆਂ ਨੂੰ ਬੁਲਾਇਆ ਗਿਆ ਹੈ, ਉਹਨਾਂ ਨੇ 5 ਵਿਅਕਤੀਆਂ ਦੇ ਖਿਲਾਫ਼ FIR ਦਰਜ ਕਰਵਾਈ ਹੈ। 2 ਲੇਡੀਜ਼ ਜਿਹੜੀਆਂ ਉਹ ਸੰਦੀਪ ਕੌਰ ਦੀ ਮਾਤਾ ਜਿਹੜੀ ਇੱਥੇ ਮੌਕੇ 'ਤੇ ਸਾਡੇ ਮਿਲ ਗਈਆਂ, ਸਾਨੂੰ ਇਨਵੈਸਟੀਗੇਸ਼ਨ ਚੱਲੂ, ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਚੱਲੂ। ਸਰ, ਇਹ ਕੋਈ ਪੋਲੀਟੀਕਲ ਰਿਲੇਟਿਡ ਹਾਊਸ ਘਰ ਹੈ ਜੀ? ਦੱਸਿਆ ਫਰਦਰ ਇਨਵੈਸਟੀਗੇਸ਼ਨ 'ਚ ਦੇਖਿਆ ਜੋ ਕੀ ਆ ਫਿਲਹਾਲ ਤਾਂ ਇਹਨਾਂ ਦਾ ਕੋਈ ਆਪਸੀ ਰਿਲੇਸ਼ਨ ਦਾ ਮੈਟਰ ਕੀ। ਟੋਟਲ ਕਿੰਨੇ ਬੰਦਿਆਂ ਦਾ ਮਾਮਲਾ ਦਰਜ ਹੋਇਆ ਅਤੇ ਕਿੰਨੇ? 5 ਜਣੇ। ਅਤੇ ਰੈਸਟ ਕਿੰਨੇ? 2 ਜਣੇ ਕਾਬੂ ਆਏ ਆ, ਜਿਹੜੇ ਘਰ 'ਚੋਂ ਸੰਦੀਪ ਔਰ ਕੁੜੀ ਆ ਇੱਕ ਉਹਦੀ ਮਾਤਾ। ਪੱਟੀ ਤੋਂ ਬਲਜੀਤ ਦੀ ਰਿਪੋਰਟ।